ਮਸਲੇ ਚ ਕੱਢ ਦਿੱਤੀ ਹਾਂ ਤੁਹਾਡੇ ਉਧਰ ਸਰ ਆ ਗਏ ਨਾ ਵਿੱਚ ਖੰਡ ਪਾ ਕੇ ਫੇਰ ਕਰਦੀ ਤਿਆਰ ਹੋ ਗਿਆ ਆਪਣੇ ਆ ਪੇੜੇ ਲੱਡੂ ਜੀ ਨੈਕਸਟ ਸਟੈਪ ਥੋੜਾ ਜਿਹਾ ਇਹਨੂੰ ਠੰਡਾ ਰਹਿਣ ਦਈਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਮੈਂ ਤਾਂ ਸਾਰਿਆਂ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਭੂ ਤੇ ਮੈਂ ਤੁਹਾਡੀ ਪੈ ਰਮਨਦੀਪ ਕੌਰ ਤੇ ਆ ਤੜਕੇ ਦੀ ਆਵਾਜ਼ ਆਉਣ ਲਈ ਤੜਕੇ ਲੱਗਣ ਦੇ ਆ ਤੇ ਅੱਜ ਮੈਂ ਦੇ ਪ੍ਰਭੂ ਇੱਕ ਨਵੀਂ ਡਿਸ਼ ਤਿਆਰ ਕਰਨ ਲੱਗਿਆ ਰਸ ਮਲਾਈ ਤੇ ਨਾਲੇ ਤੁਹਾਨੂੰ ਇੱਕ ਸਟੈਪ ਦੱਸਿਆ ਜਾਊਗਾ ਕਿ ਰਸ ਮਲਾਈ ਘਰੇ ਕਿੱਦਾਂ ਤੁਸੀਂ ਸੌਖੇ ਤਰੀਕੇ ਨਾਲ ਤਿਆਰ ਕਰ ਸਕਦੇ ਜੇ ਹਲਵਾਈ ਵਾਂਗੂ ਪਹਿਲਾਂ ਪ੍ਰਭ ਨੇ ਇੱਕ ਅਟੈਂਪਟ ਲਿਆ ਸੀ ਕੁਆਰੇ ਹੁੰਦਿਆਂ ਤੇ ਉਹ ਰਸ ਮਲਾਈ ਦਾ ਇਹਨਾਂ ਨੇ ਉਹ ਹਾਲ ਕੀਤਾ ਹੈ ਕਿ ਮਤਲਬ ਵੇਖਣ ਨੂੰ ਦਿਲ ਨਹੀਂ ਕਰਦਾ ਪਰ ਖਾਧੀ ਫਿਰ ਵੀ ਇਹਨਾਂ ਨੇ ਆ ਵੀ ਪਰ ਹੁਣ ਮੈਂ ਆ ਗਈ ਹਾਂ ਤੇ ਮੈਂ ਰਸ ਮਲਾਈ ਜਿਹੜੀ ਕੀ ਆ ਰਸ ਮਲਾਈ ਦਾ ਜਲੂਸ ਕੱਢ ਦੇ ਐਵੇਂ ਜਲੂਸ ਕੱਢ ਦੇ ਨਹੀਂ ਬਹੁਤ ਅੱਗੇ ਚਲੋ ਤੁਹਾਡੇ ਪਿਆਰ ਸਤਿਕਾਰ ਨਾਲ ਤੁਹਾਡੇ ਸਾਰਿਆਂ ਦੁਆਵਾਂ ਨਾਲ ਇੱਕ ਰਸ ਮਲਾਈ ਸ਼ੁਰੂ ਕਰਨ ਲੱਗੇ ਆ ਤੋ ਆਜੋ ਫਿਰ ਕਰਦੇ ਆ ਸ਼ੁਰੂਆਤ ਮੇਰੇ ਤੋਂ ਹੋਈ ਸ਼ੁਰੂਆਤ ਪ੍ਰਭ ਇੱਕ ਪਹਿਲਾ ਸਟੈਪ ਕਰਨ ਲੱਗੇ ਆ ਉਹਦੇ ਵਾਸਤੇ ਸਾਨੂੰ ਇੱਕ ਚੀਜ਼ ਚਾਹੀਦੀ ਸੀ ਜਿਹੜੀ ਇਹ ਗ੍ਰੈਂਡ ਕਰਨ ਲੱਗੇ ਆ ਚਲੋ ਪ੍ਰਭ ਕਰ ਦੋ ਗ੍ਰੈਂਡ ਤੁਹਾਡੇ ਤੋਂ ਸ਼ੁਰੂਆਤ ਕਰ ਪ੍ਰਭ ਗ੍ਰੈਂਡ ਕਰ ਲੱਗੇ ਪਹਿਲਾ ਕੰਮ ਅੱਜ ਮੈਂ ਪ੍ਰਭ ਨੂੰ ਦਿੱਤਾ ਹੈ ਹਮੇਸ਼ਾ ਹੈਲਪ ਨਹੀਂ ਕਰਾਉਂਦੇ ਅੱਜ ਮੈਂ ਕਿਹਾ ਵੀ ਮੇਰੀ ਹੈਲਪ ਕਰਾਉਣੀ ਕਰਾਉਣੀ ਨਹੀਂ ਤੇ ਹਾਲ ਬੜਾ ਬੁਰਾ ਹੋਣਾ ਹੈ ਇਹ ਤੇ ਆਪਣੇ ਵਿਆਹ ਵਾਲਾ ਰੂਪ ਦਿਖਾ ਦੇਣਾ ਮੈਂ ਹਜੇ ਇਹਨਾਂ ਤੇ ਮੈਂ ਤਰਸ ਖਾਂਦੀ ਹਾਂ ਤਾਂ ਕੁਛ ਨਹੀਂ ਕਿਹਾ ਅੱਜ ਤੱਕ ਇਹਨਾਂ ਨੂੰ ਪ੍ਰਭ ਪਾਊਡਰ ਤਿਆਰ ਕਰਨਾ ਤੇ ਚੱਲ ਜਾਓ ਅੱਗੇ ਤਰ੍ਹਾਂ ਮੈਂ ਕੱਲੀ ਕਰਦੀ ਫਿਰ ਕੱਲੀ ਕਰ ਲੈ ਚਲੋ ਉਹ ਬਸ ਕਰੋ ਇੱਕ ਮਿੰਟ ਰੁਕ ਜਾ ਕਲੀਅਰ ਨਹੀਂ ਹੋਇਆ ਕਿੱਦਾਂ ਦਾ ਲੱਗਣ ਡਿਆ ਘਰ ਵਾਲੇ ਨੇ ਕੰਮ ਕਰਾ ਕੇ ਦਿਖਾਓ ਹੁਣ ਦਿਖਾਓ ਖੋਲ ਕੇ ਕੀ ਕੀਤਾ ਹਾਂਜੀ ਤੇ ਆਪਣਾ ਪਹਿਲਾ ਸਟੈਪ ਆ ਦੁੱਧ ਵਾਲਾ ਦੁੱਧ ਹੀ ਲਿਆਂਦਾ ਵਾ ਅਮੁੱਲ ਦਾ ਕਿਉਂਕਿ ਸਾਡੀ ਮੱਝ ਨੇ ਦੁੱਧ ਦੇਣਾ ਘਟਾ ਦਿੱਤਾ ਇਸ ਕਰਕੇ ਸਾਨੂੰ ਅਮੁੱਲ ਦਾ ਲਿਆਉਣਾ ਪਿਆ ਵਾ ਇਹ ਵੀ ਵਧੀਆ ਹੁੰਦਾ ਵਾ ਤੇ ਇਹਦਾ ਆਪਾਂ ਬਣਾਉਣਾ ਵਾ ਪਨੀਰ ਠੀਕ ਆ ਬਾਜ਼ਾਰ ਵਾਲਾ ਪਨੀਰ ਨਹੀਂ ਯੂਜ਼ ਕਰਨਾ ਉਹ ਹੋਰ ਤਰ੍ਹਾਂ ਦਾ ਹੁੰਦਾ ਵਾ ਘਰ ਵਾਲਾ ਯੂਜ਼ ਕਰਨਾ ਕਿਉਂਕਿ ਇਹ ਫਰੈਸ਼ ਫਰੈਸ਼ ਬਣਦਾ ਹੈ ਸਭ ਦੀ ਹੁੰਦਾ ਵਾ ਹੁਣ ਪ੍ਰਭ ਸਰ ਇਹ ਹੁਣ ਦੁੱਧ ਕਿਉਂਕਿ ਇਹ ਭੁੱਲ ਕੇ ਅਰਦਾਸ ਕਰਨੀ ਜ਼ਰੂਰੀ ਕਿ ਤੁਹਾਨੂੰ ਪਤਾ ਹੈ ਦੁੱਧ ਜਿੰਨਾ ਹੁੰਦਾ ਸਭ ਤੋਂ ਸੱਚ ਦੱਸਿਓ ਕਿਹੜੇ ਕੋਲ ਡੁੱਲਿਆ ਪ੍ਰਭ ਜੋ ਚੀਜ਼ ਆਪਾਂ ਨੂੰ ਚਾਹੀਦੀ ਨਾ ਉਹਦੇ ਚੋਂ ਮਿਲ ਜਾਣੀ ਆ ਦੈਟਸ ਇਟ ਪਰ ਉਹ ਤਾਂ ਘਰ ਦਾ ਦੁੱਧ ਰਹਿ ਘਰ ਦਾ ਹੀ ਜੋ ਮਰਜ਼ੀ ਕੋਈ ਗੱਲ ਨਹੀਂ ਤੁਹਾਨੂੰ ਇਹ ਜਿਵੇਂ ਦੁੱਧ ਪਾਉਣ ਦੀ ਜ਼ਿੰਮੇਵਾਰੀ ਦਿੱਤੀ ਬਸ ਉਹ ਪਾਓ ਠੀਕ ਹੈ ਬਾਕੀ ਕੰਮ ਮੇਰਾ ਤੁਸੀਂ ਨਾ ਹਲਵਾਈਆਂ ਵਾਲੇ ਆਪਣਾ ਆਪ ਨਾ ਕੇ ਨਾ ਦੁੱਧ ਨਾ ਖਰਾਬ ਕਰੋ ਮੈਂ ਲਓ ਜੀ ਅਸੀਂ ਪਾ ਲਿਆ ਦੁੱਧ ਵੱਡੇ ਵੱਡੇ ਕੰਮ ਇਹਨੂੰ ਮਾਪੀ ਕਰ ਦਿੰਦੇ ਨੇ ਚਲੋ ਹੁਣ ਮੇਰੀ ਵਾਰੀ ਆਓ ਜਿਹਨੂੰ ਕਾਰ ਖੈੜ ਗੈਸ ਤੇ ਧਰਨ ਲੱਗੀ ਹੁਣ ਮੈਂ ਹਾਂਜੀ ਤੇ ਹੁਣ ਆਪਾਂ ਦੁੱਧ ਜਿਹੜਾ ਵਾ ਇਹ ਰੱਖ ਦੇਣਾ ਆ ਤੇ ਇਹਨੂੰ ਪਾਲਾ ਦਵਾਉਣਾ ਆ ਪੂਰਾ ਇੱਕ ਪਾਲਾ ਇਹਨੂੰ ਦਵਾਉਣਾ ਆ ਠੀਕ ਆ ਤੇ ਇੱਕ ਪਾਲਾ ਦਵਾ ਕੇ ਫਿਰ ਤੁਹਾਨੂੰ ਦੱਸੂਗੀ ਕੀ ਕਰਨਾ ਬਟ ਪੂਰਾ ਇੱਕ ਪਾਲਾ ਇਹਨੂੰ ਦਵਾਉਣਾ ਪਹਿਲਾਂ ਹੁਣ ਪਾਲਾ ਇਹਨੂੰ ਆਉਂਦੀ ਹੈ ਥੋੜਾ ਵੇਟ ਕਰ ਲੈਂਦੇ ਬਣਾਉਣ ਕਿ ਲੱਗੇ ਪਏ ਅੱਜ ਲਈ ਰਸ ਮਲਾਈ ਇਹ ਤਾਂ ਦੱਸਿਆ ਨਹੀਂ ਮੈਂ ਦੱਸਿਆ ਰਸ ਮਲਾਈ ਨੂੰ ਇੱਥੇ ਹੀ ਆ ਬਾਹਰ ਹੀ ਆ ਕੀ ਪਾਉਣਾ ਉਹਨੂੰ ਅੱਛਾ ਰਸ ਮਲਾਈ ਠੀਕ ਆ ਹੁਣ ਇਹਨੂੰ ਬਾਲਾ ਆਉਂਦੀ ਹੈ ਫਿਰ ਤੁਹਾਨੂੰ ਦੱਸਦੀ ਹਾਂ ਠੀਕ ਹੈ ਬਣਾਉਣੀ ਆ ਕਰਦੇ ਨਹੀਂ 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 ਉਹਨੂੰ ਪਹਿਲਾਂ ਪੂਰਾ ਇੱਕ ਬਾਲਾ ਦਵਾਉਣਾ ਮੰਮੀ ਆ ਬਾਲਾ ਦਵਾਉਣਾ ਬਾਲਾ ਦਵਾ ਕੇ ਤੇ ਫਿਰ ਸਿਰਕਾ ਪਾਉਣਾ ਮੰਮੀ ਦੋ ਇੱਕ ਚਮਚਾ ਇਹਦੇ ਸਿਰਕਾ ਪਾ ਦੋ ਚਮਚੇ ਪਾ ਦਾ ਕਿਤੇ ਦੋ ਚਮਚੇ ਵਿੱਚ ਪਾ
अपने आप ही पनीर बन जाता खराब हो जाता है दो चमच पोने सिरके ठीक है दस दी है दो चमच पानी अच्छा दो चम्मच पानी हाँ मिक्स कर देना कि दूध जेड़ा दुध नूं फटाउणा है फटा के जेड़ा वा इहदा आपां तुहानूं पता लग गई आ हुण आपां की करना चाहुंदे आ पनीर बनाउणा पनीर बनाउणा ठीक है दुध बस इह हौली हौली फुट जाणा फिर तां हुंदा हौली इदां ही फुट जाणा चलो आपां दसणा उहनूं गैस बंद कर गैस बंद कर दित्ती मैं इदां ही फटाउण लगे कड़छी ना मारनी अच्छा कड़छी नहीं मारनी इदां ही फुट जाणा फुट जे कदे इदां ही फुट जाणा आंदे वेखदे आ फुटण डिया बणाया वैसे ते लो जी एमरजेंसी सिरका आने लगा जी आ चेक हो गया पनीर अपना बन के रेडी हो गया हुण इहदे विच इह मोस्ट इंपोर्टेंट थिंग है जिहड़ी कि तुसीं सारिआं ने करनी है एक मिनट भरा इत्थे खड़े होइओ जे तुहाडी कोगलियां बोतलां सुतर आ जाण ते किसे मुंह विच दस दिया करो दाती खलोइओ ते हुण आपां इहदे विच पाउण लगे आ चिल्ड वाटर तां पाउण लगे आ थोड़ा जिहा थिक करन वास्ते क्योंकि तुहानूं पता है थोड़ा जिहा हो जांदा हुंदा ना उदां दा ਇਹਦੇ ਵਿੱਚ ਹੁਣ ਮੈਂ ਚਿਲਡ ਵਾਟਰ ਜਿਹੜਾ ਮਿਕਸ ਕਰ ਰਹੀ ਹਾਂ ਤੇ ਆਲੂ ਦਾ ਮੈਨੂੰ ਤਾਂ ਵੈਸੇ ਪਹਿਲਾਂ ਬਣਾ ਲੈਣਾ ਚਾਹੀਦਾ ਸੀ ਪਰ ਮੇਰੇ ਦਿਮਾਗ 'ਚ ਇਹ ਗੱਲ ਨਹੀਂ ਇਹ ਝੱਟ ਬਣ ਜਾਣਾ ਇਹਦੀ ਜਿਹੜੀ ਗੱਲ ਪਾਣੀ ਪਾ ਬਰਫ ਦੇ ਵਿੱਚ ਚੋ ਹਾਂਜੀ ਆਵੇ ਬਣ ਗਿਆ ਨਾ ਹੁਣ ਇਹਦੇ ਵਿੱਚ ਚਿਲਡ ਵਾਟਰ ਪਾ ਦੇ ਪਾ ਦੇ ਇਹਦੇ ਛੇਵੇਂ ਸਨੇ थोड़ा करना थिक करना वा कि खिलरे खिलरे जे ना ठंडे पानी विच इकट्ठा जे वधिया जे हुंदे ना मेरे को सीख्या करो मैं बहुत बड़ी शेफ बन दी जान दी है ते चलो ठीक है हो गया है हुण आपां इहनूं पौना है ठीक है मैं पौंदा जे की होया मैं नहीं जे नहीं सूत्र आउंदा मैं पौंदा नहीं ते मेरे पौना पड़ा दो पौना पाए दे विच या आहो मैं जे नहीं ते को सूत्र आउंदा मैं पौंदा ना हाय सच्ची आहो ला चंगी तरह पुणियो वेलो मेरी मेहनत ना किते बेकार कर दियो सच्ची गल प्रभु ਹੁਣ ਤੁਹਾਡੇ ਤੇ ਮੈਂ ਸੋ ਤੈਨੂੰ ਤੇਰਾ ਭਲਾ ਸੋਚਣ ਨਹੀਂ ਮੇਰਾ ਭਲਾ ਸੋਚਣ ਦੇ ਜੇ ਆਈ ਨੋ ਬਟ ਪਲੀਜ਼ ਤੁਹਾਨੂੰ ਪਤਾ ਹੈ ਬੜੇ ਵਿਚ ਰੱਖੋ ਦੇ ਸ਼ਰਤ ਹਾਂ ਇੱਥੇ ਜਿਹੜਾ ਵਿਚ ਰੱਖ ਦਿੱਤਾ ਇਹਦਾ ਪਾਣੀ ਡੋਲੀ ਖੜਾ ਹੈ ਰੀਜ ਨਿਕਲੇ ਨੇ ਨਹੀਂ ਕੁਝ ਕਿ ਸਾਰਾ ਪਾਣੀ ਪਾਣੀ ਵੱਡਾ ਲੈਣਾ ਸੀ ਭਾਂਡਾ ਵੱਡਾ ਵਾ ਤੁਸੀਂ ਕੋਈ ਗੱਲ ਨਹੀਂ ਤੁਸੀਂ ਡੋਨਟ ਵਰੀ ਸਾਰਾ ਦੁੱਧ ਲੱਦ ਦੋ ਵਿੱਚ ਬਾਕੀ ਮੇਰਾ ਕੰਮ ਹੈ मैं करना
ਇਹ ਪਨੀਰ ਨੂੰ ਉੱਪਰ ਕਰ ਦੇਣਾ ਹੈ ਠੀਕ ਆ ਦੈਨ ਮੈਨੂੰ ਡੋਲ ਦੇਣਾ ਹੈ ਠੀਕ ਆ ਹੁਣ ਇੱਕੇ ਵਾਰੀ ਚ ਨਹੀਂ ਇਹਨੂੰ ਫੇਰ ਕੱਢ ਲੈਣਾ ਇਹਨੂੰ ਫੇਰ ਧੋਣਾ ਆ ਪੂਰੀ ਜਿਹੜਾ ਦਾ ਸਿਰਕਾ ਪਾਇਆ ਸੀ ਉਹਦੀ ਖਟਾਸ ਆਪਾਂ ਇਹਦੇ ਤੋਂ ਕੱਢਣੀ ਹੈ ਠੀਕ ਆ ਚਲੋ ਹੁਣ ਆਪਾਂ ਪਨੀਰ ਨੂੰ ਉਹਨਾਂ ਚਿਰ ਨਹੀਂ ਕਰਨਾ ਜਿੰਨਾ ਚਿਰ ਇਹਦੇ ਵਿੱਚੋਂ ਧਾਰ ਨਿਕਲਦੀ ਆ ਜਦੋਂ ਪਾਣੀ ਟਪਕਣ ਡਿਆ ਪਿਆ ਬੂੰਦ ਬੂੰਦ ਉਹਦਾ ਸਾਨੂੰ ਪਤਾ ਲੱਗ ਜਾਣਾ ਵਾ ਕਿ ਪਨੀਰ ਪੂਰਾ ਸੁੱਕ ਗਿਆ ਹਜੇ ਪੂਰੀ ਧਾਰ ਆ ਇਹਦਾ ਮਤਲਬ ਆ ਕਿ ਪਨੀਰ 'ਚ ਪਾਣੀ ਹੈਗਾ ਪਨੀਰ ਨੂੰ ਮੈਂ ਪੂਰਾ ਸੁਕਾਉਣਾ ਆ पूरा सका लो पनीर हम ओनी देर इतने ही अपना टंग दें पनीर ठीक है ये थोड़ा ड्राई हो जाए ये हाँ देसी आइडिया तैयार कर ली फिर ਹੋਣ ਨਹੀਂ ਡਿਆ ਨਹੀਂ ਨਹੀਂ ਹੋਣ ਡਿਆ ਉਦਾਂ ਕਰ ਦੇਣਾ ਕੱਟ ਲਾ ਕਰ ਦੇਣਾ ਕੱਟ ਹੋਰ ਕਰ ਦੇਣਾ ਦੇਸੀ ਦੇਖੀ ਉਹ ਲਓ ਜੀ ਆ ਬਦਾਮ ਵੈਸੇ ਇਹਦੇ ਨਾਲ ਚਲੋ ਨਹੀਂ ਰਗੜੇ ਜਾਣੇ ਆ ਪਿਸਤਾ ਆ ਤੇ ਆ ਬਦਾਮ ਐ ਇਹਨੂੰ ਅਸੀਂ ਕੱਟ ਕਰ ਲੈਣੇ ਆ ਛੋਟਾ ਛੋਟਾ ਪੀਸ ਕਰ ਲੈਣੇ ਆ ਠੀਕ ਹੈ ਵੈਸੇ ਪਿਸਤਾ ਬੜਾ ਗਰਮ ਹੁੰਦਾ ਆ ਥੋੜਾ ਜਿਹਾ ਯੂਜ਼ ਕਰ ਲੈਣੇ ਆ ਕਿਉਂਕਿ ਤੁਹਾਨੂੰ ਪਤਾ ਇਹ ਜਿਹੜੇ ਜਿਹੜੇ ਵਰਤਦੇ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਗਰਮ ਹੁੰਦਾ ਹੈ ਹਾਂਜੀ ਤੇ ਹੁਣ ਆਪਾਂ ਬਣਾਵਾਂਗੇ ਰਸ ਮਲਾਈ ਦੀ ਰਬੜੀ ਤੇ ਇਹਦੇ ਵਿੱਚ ਦੁੱਧ ਹੋਰ ਹੋਣਾ ਪੈਣਾ ਕਿਉਂਕਿ ਇਹ ਆਪਾਂ ਥੋੜੀ ਪਤਲੀ ਬਣਾਉਣੀ ਹੈ ਠੀਕ ਆ ਤੇ ਇਹਨੂੰ ਥੋੜਾ ਪਤਲਾ ਕਰਨਾ ਸੋਰੀ ਦੁੱਧ ਹੋਰ ਲੈਣਾ ਪੈਣਾ ਆ ਤੇ ਇਹ ਹੁਣ ਸਾਨੂੰ ਘਰ ਦਾ ਹੀ ਮਿਕਸ ਕਰਨਾ ਪੈਣਾ ਵਿੱਚ ਥੋੜਾ ਹੀ ਘਾਦਾ ਮਲਾਈ ਰਹਿਣ ਦਿੰਨੀ ਆ ਸਾਰੀ ਮਲਾਈ ਨਾ ਬੱਤੀ ਆ ਉਹ ਮਲਾਈ ਪੈ ਗਈ ਕੋਈ ਗੱਲ ਨਹੀਂ ਬਸ ਇੰਨਾ ਕੁ ਠੀਕ ਹੈ ਕਰ ਲੈ ਹੋ ਗਿਆ ਤੇ ਆਪਾਂ ਹੁਣ ਇਹਨੂੰ ਵੀ ਇੱਕ ਬਾਲਾ ਦਵਾਉਣਾ ਹੈ ਠੀਕ ਆ ਪਹਿਲਾਂ ਆਪਾਂ ਇਹਨੂੰ ਬਾਲਾ ਦਵਾ ਲਈਏ ਦੈਨ ਆਪਾਂ ਇਨਗਰੀਡੀਐਂਟਸ ਦੱਸਾਂਗੇ ਕਿ ਕੀ ਕੀ ਪਾਉਣੇ ਆ ਪਹਿਲਾਂ ਬਾਲਾ ਜੀ ਬਸ ਬਾਲਾ ਦਵਾ ਲਈਏ ਠੀਕ ਰਸ ਮਲਾਈ ਬਾਂਡੀ ਆ ਬਾਂਡੀ ਕਿੱਦਾਂ ਕਿੱਥੋਂ ਤੱਕ ਵੀ ਖੜੇ ਹਾਂਜੀ ਬਾਂਡੀ ਤੇ ਹੁਣ ਦੁੱਧ ਨੂੰ ਬਾਲਾ ਆ ਗਿਆ ਘਟ ਕਰ ਲਾਂਗੇ ਠੀਕ ਆ ਦੁੱਧ ਨੂੰ ਬਾਲਾ ਆ ਗਿਆ ਹੁਣ ਆਪਾਂ ਇਹਨੂੰ ਘਟ ਕਰ ਲਾਂਗੇ ਤੇ ਇਹਨੂੰ ਜ਼ਿਆਦਾ ਕਰਨਾ ਨਹੀਂ ਹੈ ਪਤਲਾ ਜਿਹਾ ਰੱਖਣਾ ਹੈ ਦੈਨ ਮੇਕੋ ਹੁਣ ਵੈਸੇ ਤੇ ਪਿਸਤਾ ਤੁਹਾਨੂੰ ਅਲੱਗ ਵਿਖਾਉਣਾ ਹੀ ਪਉਂਦੇ ਕੀ ਹੈ ਪਿਸਤਾ ਤੇ ਬਦਾਮ ਪਿਸਤਾ ਦੇ ਬਦਾਮ ਵਿੱਚ ਘੋਲ ਦੇਣੇ ਆ ਵੈ ਆਪਸ਼ਨਲ ਹੈਗਾ ਵਾ ਕੇਸਰ ਵੀ ਪਰ ਕੇਸਰ ਸਾਡੇ ਕੋਲ ਇਸ ਵਕਤ ਆਈ ਮੀਨ ਇਸ ਟਾਈਮ ਅਵੇਲੇਬਲ ਨਹੀਂ ਆ ਸੋ ਆਪਾਂ ਨਹੀਂ ਪਾਇਆ ਬਸ ਅਸੀਂ ਇਹੀ ਚੀਜ਼ਾਂ ਪਾਈਆਂ ਵਾ ਹੁਣ ਇਹਨੂੰ ਆਪਾਂ 5-10 ਮਿੰਟ ਮਤਲਬ ਲੈ ਕੇ ਇੱਦਾਂ ਹੀ ਰਹਿਣ ਦੇਣਾ ਵਾ ਅਤੇ ਘੁਮਾਈ ਜਾਣਾ ਵਾ ਇਹਨੂੰ ਜ਼ਿਆਦਾ ਹਾਰਡ ਨਹੀਂ ਕਰਨਾ ਕਿਉਂਕਿ ਪਤਲੀ ਰਹੂਗੀ ਅਤੇ ਜਿਹੜੀਆਂ ਉਹ ਰਸ ਮਲਾਈ ਦੀਆਂ ਬੋਲਸ ਹੁੰਦੀਆਂ ਉਹਨਾਂ ਵਿੱਚ ਛੇਤੀ ਅਬਜ਼ਰਵ ਹੋ ਜੂਗਾ ਠੀਕ ਆ ਹੁਣ ਇਹਨੂੰ ਕੜਾਈ ਹੱਡੀ ਕਿਹੜੀ ਆ ਭਾਏ ਜਲਦੀ ਕੁਛ ਜਿੰਨਾ ਮਰਜ਼ੀ ਕਮੈਂਟ ਕਰੋ ਮੈਂ ਮਾਰੇ ਪਰ ਇਹ ਬੜੀ ਮਾਂਜੀ ਹੈ ਪਰ ਇਹ ਨਹੀਂ ਹੁੰਦੀ ਸਾਬ ਇੱਦਾਂ ਹੀ ਰਹੂ ਅਤੇ ਹੁਣ ਆਪਾਂ ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਨਾ ਆਪਾਂ ਇਲਾਇਚੀ ਪਾਊਡਰ ਇਹ ਚ ਪਾਉਣਾ ਇਲਾਇਚੀ ਪਾਊਡਰ ਇਹ ਆਪਾਂ ਘਰੇ ਤਿਆਰ ਕੀਤਾ ਹੈ ਕਿਉਂਕਿ ਪਾਊਡਰ ਸਾਨੂੰ ਮਿਲਿਆ ਨਹੀਂ ਬੜਾ ਵਧੀਆ ਆ ਜਾਂਦਾ ਇਸ ਕਰਕੇ ਇਲਾਇਚੀ ਪਾਊਡਰ ਇਲਾਇਚੀ ਪਾਊਡਰ ਹੀ ਆਪਾਂ ਘਰੇ ਤਿਆਰ ਕੀਤਾ ਸਾਨੂੰ ਨਹੀਂ ਮਿਲਿਆ ਸੀ ਇਲਾਇਚੀਆਂ ਲਈਆਂ ਤੇ ਉਹਨੂੰ ਮਿਕਸੀ ਵਿੱਚ ਗ੍ਰਾਈਂਡ ਕਰਕੇ ਪਾਊਡਰ ਬਣਾ ਲਿਆ ਸੋ ਕਦੀ ਵੀ ਘਬਰਾਉਣਾ ਨਹੀਂ ਹੈ ਜੇ ਇਲਾਇਚੀ ਪਾਊਡਰ ਨਹੀਂ ਹੈਗਾ ਤੇ ਘਰੇ ਤਿਆਰ ਕਰ ਲਓ ਠੀਕ ਆ ਮੀਡੀਅਮ ਫਲੇਮ ਤੇ ਹੁਣ 5 ਮਿੰਟ ਇਹਨੂੰ ਇੱਥੇ ਰਹਿਣ ਦੇਣਾ ਮੀਡੀਅਮ ਫਲੇਮ ਤੇ ਠੀਕ ਆ 5 ਮਿੰਟ ਬਾਅਦ ਮਿਲਦੇ ਆ ਮੰਮੀ ਦੇਖਣਾ ਚੈਕਿੰਗ ਹੁਣ ਇਹਦੇ ਵਿੱਚ ਫਲੈਗ ਲੱਗ ਗਈ ਤੋ ਮੰਮੀ ਫਲੈਗ ਲੱਗ ਗਈ ਚੈਕਿੰਗ ਕਰਨਾ ਇਹਦੇ ਵਿੱਚ ਮੈਂ ਦੁੱਧ ਵਿੱਚ ਪਿਸਤਾ ਬਦਾਮ ਤੇ ਇਲਾਇਚੀ ਪਾਊਡਰ ਪਾਇਆ ਕੇਸਰ ਹੈ ਨਹੀਂ ਫਿਰ ਕੇਸਰ ਰਹਿਣ ਦਿੱਤਾ ਤੇ ਮੈਂ ਇਹਨੂੰ ਇਦਾਂ ਹੀ ਕਰਦੇ ਆ ਹੁਣ ਅੱਛਾ ਹੁਣ ਥੋੜੀ ਦੇਰ ਬਾਅਦ ਇਹਦੇ ਵਿੱਚ ਇੱਧਰ ਵੱਡੀ ਫਲੈਗ ਪੈ ਗਈ ਇੱਕ ਖੰਡ ਪੈ ਗਈ ਖੰਡ ਪਾ ਦਾਂਗੇ ਤੇ ਮੈਂ ਇਹਨੂੰ ਕਰਾਂਗੇ
ज्यादा नहीं कह सोचना की दुध जी इन्नी ही रखनी है पतली ठीक है खंड ये खंड तुम पता सारे जने अपने स्वाद अनुसार ही खाते हैं भी अपने स्वाद अनुसार ही खाते हैं अब मैं वे दो चम्मच जो खंड भी पा लिए हूँ आप थोड़ा हिलावे तो ये जी अपना खंड है ना थोड़ा पानी छड़ती होंगी है इस करके हिलाई जाना ये नहीं कहना भी पानी छड़ गए तो छ ठीक है हिला हिला के जी खंड है मिक्स कर देनी है ठीक है जी ठीक है जी हाँ जी एक अपना सीक्रेट स्टेप यह है वा कलर फूड कलर फूड कलर इन मड़ी थोड़ा ही पाना है क्योंकि ज्यादा हो गया ये कलर बाद ज्यादा कर जाता है बस माड़ा जहा कलर पाना ये पानी पाना बंद कर दे लगे दैन आप तैयार कर लगे अपने जेडे रसगुल्ले पाने ठीक है हूं की है तैयार करना ध्यान ना लगे सारे जने सब तो पहला जो पनीर आप बनाया ही पनीर ऐदा गुन गुन के पतला मतलब कर लेना है ठीक है मैं तो किन्नी जल्दी गुनन दी साडे कैमरा मैन तो चल गए ही मतलब इदां गुन के ना ठीक है फोन लगी हाँ थोड़ा हो गया ना सॉफ्ट हो गया ना सॉफ्ट हो गया हूँ एक चम्मच बिच मैदे का पाना है ठीक है मेरा देख के हूँ इनू आप गुन लेना बिच मैदा पा ऐदा बनाने सारे ठीक है ऐद
गुरुद्वारे हो आया पता रस मलाई मिलनी है प्रसाद लै गए मम्मी ने कोक पता कितों कड़ कड़ मेनू भी देती अगे एक बोतल ਉਹ ਸ਼ੋਟ ਲੈਂਦੇ ਨੇ ਬੀਬੀ ਬਾਹਰੋਂ ਵੀ ਲੈਂਦੇ ਅੰਦਰੋਂ ਵੀ ਲੈਂਦੇ ਆ ਸੀਨ ਨਹੀਂ ਆਉਂਦੀ 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 ਆ ਹਾਂਜੀ ਤੇ ਆ ਇੱਧਰ ਤਿਆਰ ਹੋ ਗਿਆ ਲੱਗ ਗਿਆ ਪਤਾ ਬਾਤ ਗਿਆ ਨਹੀਂ ਨਹੀਂ ਪਤਾ ਹੋ ਗਿਆ ਲੱਗਾ ਮੜਾ ਆ ਨਹੀਂ ਤੇ ਆ ਤਿਆਰ ਹੋ ਗਿਆ ਆਪਣੇ ਆ ਪੇੜੇ ਆ ਲੱਡੂ ਜੇ ਪੇੜੇ ਰਬੜੀ ਉਹ ਆਪਣੀ ਪੇੜੇ ਆ ਵਾ ਇਹਨੂੰ ਅਸੀਂ ਕੀ ਕਰਨਾ ਹੁਣ ਅੱਗੇ ਦੱਸਦੇ ਆ ਰਮਨ ਤੁਹਾਨੂੰ ਆ ਕੇ ਠੀਕ ਆ ਰਬੜੀ ਕੀ कढ़ाई ले ली कढ़ाई पाउन लगे खंड मेरे ख्याल में 250 ग्राम खंड पा ली हुई है 250 ग्राम तो भावे वादे फिर मेरे ग्रामा ग्रुमा का एडा नहीं है हूँ आप पानी पाना है ठीक है बड़ा इना बहुत हो गया ज्यादा हो गया चंगी तरह करना है क्योंकि जो आप इन्हों कर लिए तो बाद दिखदिया नहीं हूं आप उबलते उबलते पानी सारिया पा देनिया ਆਪਾਂ ਘੱਟ ਦੇ ਵੀ ਪਕਾ ਸਕਦੇ ਪਰ ਕਈ ਵਾਰੀ ਘੱਟ ਗੈਸ ਜਿਹੜਾ ਹੈ ਤੋਂ ਖਰਦੇ ਜਾਂਦਾ ਹੈ ਇਸ ਕਰਕੇ ਇਹਨੂੰ ਆਪਾਂ ਇਹ ਉਬਲਦੇ ਉਬਲਦੇ ਪਾਣੀ ਵਿੱਚ ਪਾਉਣੀ ਹੈ ਕੱਠੀਆਂ ਪਾ ਲਈਏ ਸਾਰੀਆਂ ਹੈ ਕਿੰਨੀਆਂ ਥੋੜੀਆਂ ਦੇ ਆ ਗਈਆਂ ਮੈਂ ਹੈ ਕਿ ਤੇ ਰਲ ਮਿਲ ਕੇ ਟੁੱਟ ਨਾ ਜਾਣ ਨਹੀਂ ਟੁੱਟਦੀਆਂ ਏਡੀ ਜਲਦੀ ਨਹੀਂ ਟੁੱਟਦੀਆਂ ਅਗਲੀ ਗਲੀ ਪਾਈ ਤੁਸੀਂ ਇੱਕ ਵਾਰੀ ਰੰਗ ਲਾਏ ਨਾ ਤਾਂ ਉਹ ਵਿਆਹ ਤੋਂ ਪਹਿਲਾਂ ਲਾਏ ਕਿ ਉਹ ਨਹੀਂ ਪਾਇਆ साइज वड्डा हो जाना बड़ी मेहनत की
निकलदा सिट्टा दा ठीक आ उम्मीद नहीं डर लगता है बस इथों टुटना खतरा लग गया बट महाराज ने साथ दिता स्टेप ए वाला कंप्लीट हो गया निकल गया हुण आपां इन्हां नूं थोड़े थोड़े ना उल्टाई जाना है क्योंकि विचो विचो तुहानूं पता करना पैना सारिआं नूं ते हौली हौली की फटण होना ठीक है परहेज कर करके क्योंकि बड़ा खतरा रहिंदा है इन्हां दे टुटण दा भी हौली हौली इन्हां नूं हुण पलटाई जाना ते जिहड़े पासे उह कीता सी ना उस पासे उल्ट कर देना है हुण आपां बिलकुल चिल्ड वाटर रख्या आ वेख लो बर्फ भी विच पई आ हुण उबलदे पाणी जो सीधे इहदे विच पाउणे आ इह नहीं आ कि हाँ भी मतलब पहलां इहनूं बंद करो फिर इहदे च पाओ उबलदे उबलदे इह ठंडे पाणी च जिहड़े आ पाई जाणे आ फिर डुबन गए थोड़ी पा दे उस डुब जाएंगे एक कड एक खराब हो भी जाऊगा कोई चक्कर नहीं चल एक काट के देख इन दो मिनट रख फिर पता लग जूगा छड़ दे दो मिनट रहन दे रहन दे रहन दे होगा कुछ ना कुछ एक सेकंड हो गया होगा जे पानी अब्जर्व होगा उहदे विच फेर ही है ना एडी जल्दी तू छेड़ दी एक मिनट ना पंगे ला ਹੋਣ ਡਿਆ ਹੌਲੀ ਹੌਲੀ ਆਪੀ ਥੱਲੇ ਚੱਲ ਜਾਣਾ ਇਹ ਥੋੜ੍ਹੀ ਕਿ ਪਾ ਦੇ ਉਸ ਥੱਲੇ ਚੱਲ ਜੇ ਆਪੀ ਹੋ ਜਾਊਗਾ ਥੋੜ੍ਹਾ ਠੰਡਾ ਹੋਊਗਾ ਫਿਰ ਹੀ ਥੱਲੇ ਜਾਊਗਾ ਹੋਵੇ ਹੁਣ ਹੋ ਜਾਣਾ ਆਪੀ ਚੱਲ ਜਾਣਾ ਆਪੀ ਚੱਲ ਜਾਣਾ ਜੇ ਤੇ ਥੱਲੇ ਚੱਲ ਗਿਆ ਸਮਝੋ 100% ਓਕੇ ਰਿਪੋਰਟ ਆ ਤੂੰ ਫਿਰ ਰੱਬ ਨਹੀਂ ਬਣਿਆ ਇੱਥੇ ਰੱਖ ਦੇ ਮੈਂ ਆਪਣੇ ਬਣਾ ਕੇ ਫਿਰ ਪੂਰੀ ਤਰ੍ਹਾਂ ਫੇਰ ਹੀ ਪਾਉਣੀ ਵਿੱਚ ਡੁੱਬ ਜਾਊਗਾ ਡੁੱਬ ਜਾਊਗਾ ਡੁੱਬੂਗਾ ਡੁੱਬੂਗਾ ਵਾਲਾ ਮੈਨੂੰ ਪੂਰਾ ਭਰੋਸਾ ਉਹਦੇ ਤੇ ਬੜਾ ਮੇਰੀ ਕਦੇ ਵੀ ਰੈਸਪੀ ਜਿਹੜੀ ਖਰਾਬ ਨਹੀਂ ਹੁੰਦੀ ਹੈਗੀ ਉਹ ਵੇਲ ਉਹ ਡੁੱਬ ਗਿਆ ਨਾ ਆਪਣੇ ਆਪ ਉਹ ਇਹ ਆ ਗਿਆ ਚਲ ਗਿਆ ਨਾ ਬਸ ਇਹ ਚੀਜ਼ ਹੋਣੀ ਚਾਹੀਦੀ ਹੈ ਠੰਡੇ ਪਾਣੀ 'ਚ ਡੁੱਬਣੇ ਚਾਹੀਦੇ ਥੱਲੇ ਮਤਲਬ ਉੱਪਰ ਤੈਰਨੇ ਨਹੀਂ ਚਾਹੀਦੇ ਜਿੱਦਾਂ ਪਹਿਲਾਂ ਤੈਰਨ ਡਿਆ ਨਾ ਉਹ ਕੰਮ ਨਹੀਂ ਹੋਣਾ ਚਾਹੀਦਾ ਇਹ ਥੱਲੇ ਡੁੱਬਣਾ ਚਾਹੀਦਾ ਉਹ ਡੁੱਬਿਆ ਰਿਹਾ ਨਾ ਥੱਲੇ ਹੁਣ ਚਲ ਗਿਆ ਨਾ ਬਸ ਇੱਦਾਂ ਸਾਰੇ ਡੁੱਬਣੇ ਚਾਹੀਦੇ ਇਹਦੇ ਵਿੱਚ ਫਿਰ ਓਕੇ ਰਿਪੋਰਟ ਹੈ ਫਿਰ ਮਤਲਬ ਸਹੀ ਬਣਿਆ ਇਹਨੂੰ ਬਾਅਦ ਚ ਹਲਕਾ ਹਲਕਾ ਨਾ ਚੋੜ ਲੈਣਾ ਵਾ ਇੱਦਾਂ ਉਹ ਹੋ ਜਾਣਾ ਵਾ ਜਿੱਦਾਂ ਰਬੜ ਜੀ ਨਹੀਂ ਹੁੰਦੀ ਐਡੀ ਜਲਦੀ ਨਹੀਂ ਹਾਂ ਇੱਦਾਂ ਕਰ ਲੈਣਾ ਹੌਲੀ ਹੌਲੀ ਸਾਰੇ ਪਾ ਦਿਓ ਇਹਦੇ ਚ ਹੁਣ ਇੱਕ ਇੱਕ ਕੱਢ ਕੇ ਸਹੀ ਤਰੀਕੇ ਨਾਲ ਹਾਂ ਪੰਨੀ ਰੁਕ ਜਾ ਇੱਕ ਇੱਕ ਕਰਕੇ ਮੈਂ ਸਾਰੇ ਹੁਣ ਚਿਲਡ ਵਾਟਰ ਚ ਤਾਂ ਪਾਉਂਦੇ ਆ ਕਿਉਂਕਿ ਬਾਅਦ ਵਿੱਚ ਟੁੱਟਦਾ ਨਹੀਂ ਹੈ ਟੁੱਟਦਾ ਨਹੀਂ ਉਹਦੇ ਵਿੱਚ ਪਾਉਣਾ ਸਪੌਂਜੀ ਹੋ ਜਾਂਦਾ ਹੈ ਹੁਣ ਪਾ ਦਈਏ ਫਿਰ ਸਾਰੇ ਮੇਰੀ ਗੱਲ ਮੰਨ ਲਿਆ ਕਰੋ ਸਾਰਿਆਂ ਨੂੰ ਫਿਰ ਕਹਿਣਾ ਕਿ ਪ੍ਰਭ ਰਾਈਟ ਆਪ ਸੋ ਕੇ ਤੁਹਾਨੂੰ ਪਤਾ ਕਿ ਮੈਂ ਸਹੀ ਸਲਾਹ ਦਿੱਤੀ ਆ ਕਿ ਉਹ ਜਦੋਂ ਡੁੱਬ ਜਾਣਗੇ ਮਤਲਬ ਕਿ ਉਹ ਡੁੱਬਣਗੇ ਤਾਂ ਉਹ ਮਤਲਬ ਓਕੇ ਰਿਪੋਰਟ ਆ ਠੀਕ ਆ ਇੰਨਾ ਕੁ ਮੈਨੂੰ ਪਤਾ ਹੈ ਰਸ ਮਲਾਈ ਦਾ ਅਤੇ ਇੰਨਾ ਕੁ ਮੈਨੂੰ ਪਤਾ ਰਸ ਮਲਾਈ ਦਾ ਉਹ ਡੁੱਬ ਗਿਆ ਨਾ ਪੂਰਾ ਉਹ ਵਿੱਚ ਇਹ ਸਾਰੇ ਡੁੱਬਣਗੇ ਨਾ ਤੇਰੇ ਮਤਲਬ ਕੋਈ ਗੱਲ ਨਹੀਂ ਮੈਂ ਸਹੀ ਸਲਾਹ ਦੇਣਾ ਉਹ ਪਹਿਲਾਂ ਦੀਆਂ ਗੱਲਾਂ ਸੀ ਚਲੋ ਨਹੀਂ ਉਦੋਂ ਇੰਨਾ ਪਤਾ ਹੁਣ ਮੈਂ ਵੇਖਿਆ ਥੋੜਾ ਜਿਹਾ ਇਹਨੂੰ ਇੰਟਰਨੈਟ ਤੋਂ ਸਰਚ ਮਾਰੀ ਤੇ ਫਿਰ ਮੈਂ ਦੇਖਿਆ ਤੇ ਫਿਰ ਮੈਨੂੰ ਲੱਗਾ ਕਿ ਹਾਂ ਹੁਣ ਇਹਨੂੰ ਮੈਂ ਦੱਸ ਦੇਣਾ ਚਲੋ ਮੇਰੇ ਕੋਲ ਤੇ ਗਲਤੀ ਹੋ ਗਈ ਤੂੰ ਨਾ ਕਰ ਠੀਕ ਆ
ਹਾਂਜੀ ਤੇ ਹੁਣ ਇੱਕ ਇੱਕ ਕਰਕੇ ਅਸੀਂ ਸਾਰੇ ਇਹ ਨਾ ਪਾ ਦੇਣੇ ਉਹਦੇ 'ਚ, ਹੌਲੀ ਹੌਲੀ ਡੁੱਬਣਗੇ, ਪੈਂਦੇ ਸੱਟੇ ਨਹੀਂ ਡੁੱਬ ਜਾਂਦੇ, ਐਡੀ ਔਖੀ ਨਾ ਵੇਖ ਉਹਨਾਂ ਨਾਲ। ਹੁਣ ਇੱਕ ਇੱਕ ਕਰਕੇ ਸਾਰੇ ਪਾ ਕੇ ਮੈਂ ਤੁਹਾਨੂੰ ਦੱਸਦਾ। ਪ੍ਰਭੂ ਮੈਂ ਮੇਰੀ ਗੱਲ, ਹਾਂਜੀ ਆਹ ਕਿਹੜਾ ਦੂਜਾ ਪਾਇਆ ਉਹ ਵੀ ਡੁੱਬ ਗਿਆ, ਡੁੱਬ ਗਏ ਨਾ ਤੇ ਹੁਣ ਸਾਰੇ ਇਦਾਂ ਧਿਆਨ ਨਾਲ ਸੜ ਸੁੱਟਣਾ ਨਹੀਂ। ਹੁਣ ਸਾਰੇ ਇੱਕ ਇੱਕ ਕੱਢ ਕੇ ਪਾ ਦੇ ਚੋਂ ਇਮਾਨਦਾਰੀ ਨਾਲ। ਠੀਕ ਆ, ਲੜਿਆ ਨਾ ਕਰੋ ਮੇਰੇ ਨਾਲ, ਠੀਕ ਆ ਨਾ। ਇੰਨੀਆਂ ਇੰਨੀਆਂ ਵਧੀਆ ਤੁਹਾਨੂੰ ਮੱਟੀ ਸ਼ਾਹ ਘੁਮਾਉਂਦੀ ਰਵਾਂ ਤੇ ਫਿਰ ਵੀ ਤੁਸੀਂ ਮੇਰੇ ਨਾਲ ਲੜਦੇ ਰਹੋ। ਪਹਾੜੀ ਨਿਚੋੜਦਾ ਮਾੜਾ ਮਾੜਾ ਪੀਟੋ, ਬਿਲਕੁਲ ਠੰਡਾ ਪਾਣੀ ਆ ਉਹ, ਭਰਪੂਰ ਪਾ ਗਿਆ ਵਧੀਆ। ਚਿਲਡ ਵਾਟਰ, ਚਿਲਡ ਵਾਟਰ। ਹਾਂਜੀ ਤੇ ਠੰਡੇ ਪਾਣੀ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਕਿ ਕਿਉਂ ਪਾਏ, ਵੀ ਇਹਨਾਂ ਦੀ ਸ਼ੇਪ ਜਿਹੜੀ ਸਾਰੀਆਂ ਡੁੱਬ ਗਈਆਂ ਦੇ ਲਓ, ਇਹ ਮਤਲਬ ਇੱਕੋ ਹੀ ਰਹਿੰਦੀ ਆ, ਡੁੱਬ ਗਈਆਂ ਮਤਲਬ ਬਣ ਗਈਆਂ ਤੇ ਸ਼ੇਪ ਇਹਨਾਂ ਦੀ ਇੱਕੋ ਜਿਹੀ ਰਹਿੰਦੀ ਆ ਤੇ ਆ ਹੈਗੀ ਆ ਵੀ ਕਿੰਨੀ ਮਖਮਲੀ ਮਖਮਲੀ। ਨਹੀਂ ਨਹੀਂ ਆ ਵੇਖੋ ਕਿੰਨੀ ਸਪੌਂਜੀ ਐਂਡ ਮਖਮਲੀ ਸਪੌਂਜੀ ਸਪੌਂਜੀ। ਹਜੇ ਪ੍ਰਾਪਤ ਗਰਮ ਹੈ ਪਰ ਬਣੀ ਬੜੀ ਵਾਰ। ਨਹੀਂ ਨਹੀਂ ਭਰਾ ਇੱਧਰ ਇਹ ਆ ਜਿਹੜੀ ਏਦਾਂ ਦੀ ਆ ਨਾ, ਇਹਦਾ ਮਤਲਬ ਹੈ ਵੀ ਇਹ ਪੂਰੀ ਤਰ੍ਹਾਂ ਤਿਆਰ ਹੋ ਗਈ ਮਖਮਲੀ। ਬੜੀ ਵਧੀਆ ਹਨਾ, ਬੜੀ ਵਧੀਆ ਆਪਣੀ ਜਿਹੜੀ ਆ ਰੈਸਪੀ ਤਿਆਰ ਹੋ ਗਈ ਆ। ਠੀਕ ਆ, ਏਦਾਂ ਹੀ ਤੁਸੀਂ ਕਰ ਲੈਣੀ ਆ ਤੇ ਦੈਨ ਹੁਣ ਆਪਾਂ ਨੈਕਸਟ ਸਟੈਪ ਥੋੜਾ ਜਿਹਾ ਇਹਨੂੰ ਠੰਡਾ ਰਹਿਣ ਦਈਏ ਫਿਰ ਆਪਾਂ ਦੱਸਦੇ ਆ ਤੁਹਾਨੂੰ। ਹਾਂਜੀ ਹਾਂਜੀ ਤੇ 20 ਮਿੰਟ ਹੋ ਗਏ ਆ। ਹੁਣ ਆਪਾਂ ਜਿਹੜੀ ਰਬੜੀ ਬਣਾਈ ਸੀ ਇਹਨਾਂ ਨੂੰ ਰਬੜੀ ਦੇ ਵਿੱਚ ਸਪੌਂਜ ਨੂੰ ਨਾ ਨਿਚੋੜ ਕੇ ਪਚ। ਠੀਕ ਆ, ਆ ਵੇਖੋ ਨਿਚੜ ਗਈ, ਪੂਰਾ ਪਾਣੀ ਕੱਢ ਕੱਢ ਕੇ ਇਹਨੂੰ ਪਾਈ ਦੇਣਾ। ਇਹ ਸਾਰੀਆਂ ਇਦਾਂ ਹੀ ਨਿਚੋੜ ਕੇ ਨਾ ਸਾਰੀਆਂ ਸੁੱਟ ਲੈਣੀਆਂ ਪਾਣੀ 'ਚ ਰਬੜੀ 'ਚ। ਮਿੱਠਾ ਘੱਟ ਨਹੀਂ ਆਊਗਾ, ਮੈਂ ਚੈੱਕ ਨਹੀਂ ਕੀਤਾ। ਨਹੀਂ ਮਿੱਠਾ ਮਿੱਠਾ ਮੈਚ ਹੋ ਜਾਣਾ ਪਤਾ ਕਿਉਂ, ਇੱਕ ਇਹਦੇ 'ਚ ਵੀ ਮਿੱਠਾ ਪਾਇਆ ਇੱਕ ਇਹਦੇ 'ਚ ਵੀ ਮਿੱਠਾ। ਬਣ ਗਈ ਰਬੜੀ, ਨਾਨੀ ਰਸ ਮਲਾਈ ਬਣ ਗਈ ਪਰ ਇਹਨੂੰ ਹੁਣ ਰੱਖਣਾ ਪੈਣਾ। ਹਾਂ ਰਸ ਮਲਾਈ ਬਣ ਗਈ, ਇਹਨੂੰ ਰੱਖਣਾ ਪੈਣਾ ਥੋੜਾ ਚਿਰ ਇਹਨਾਂ ਵਿੱਚ ਔਰ ਮਲਾਈ ਵਾੜਨੀ। ਅੱਛਾ ਬਹੁਤ ਜਿਹੜਾ ਬਣਾਇਆ ਨਾ ਇਹਨਾਂ ਦੇ ਵਿੱਚ ਵਾੜਨਾ ਅੰਦਰ ਅਬਜ਼ਰਵ। ਹਾਂ ਆੜੇ ਬਣਾਏ ਗਏ ਇਹਦੇ ਜੇ ਆ ਜਿਹੜੀਆਂ ਗੇਂਦਾਂ ਹੀ ਬਣਾਈਆਂ ਨਾ। ਹਾਂ ਰੋਟੀ ਤੋਂ ਬਾਅਦ ਖਾਵਾਂਗੇ। ਹਾਂ ਡੀਕਣ ਦੇ ਸਾਰੇ ਬਾਹਰ ਹੁਣ ਸਾਰੀਆਂ, ਚਲੋ ਇੱਦਾਂ ਹੀ ਇਸ ਕਰਕੇ ਰੱਖ ਲੈਣੀ। ਠੀਕ ਹੈ ਤੁਹਾਨੂੰ ਦੱਸਦੇ ਹਾਂ, ਪਾ ਲਈਏ ਪਹਿਲਾਂ ਸਾਰੀ। ਇਹ ਪੈ ਗਏ ਮੈਨੂੰ ਤੁਰਨੇ ਅੱਜ। ਨਹੀਂ ਮਾਰਦਾ ਮੈਂ, ਮਾਰਦੇ ਜੇ ਦਾਦੀ ਲੋਕਾਂ ਨੂੰ ਤੇ ਮੇਰੀ ਕੁੱਟ ਮਾਰਨੀ। ਕੋਈ ਕੁੱਟ ਮਾਰਨੀ ਹੁੰਦੀ ਸਾਹਮਣੇ ਕੁੱਟਣ ਦੇ ਤੇ ਪਾਚ ਕੀ ਕਰਦੇ ਹੋ, ਬੜਾ ਕੁੱਟਿਆ ਤੁਹਾਨੂੰ ਸਭ। ਮੈਂ ਵਿੱਚੇ ਕੰਮ ਛੱਡ ਕੇ ਚੱਲ ਜਾਂਦਾ ਹੁੰਦਾ ਹੈ। ਜਾਓ ਫਿਰ, ਚੱਲ ਠੀਕ ਓਕੇ ਬਾਏ, ਜਾਓ ਚਿੱਟਾ ਰਸ ਮਲਾਈ ਪੂਰੀ ਤਰ੍ਹਾਂ ਤਿਆਰ ਹੋ ਗਈ ਆ। ਹੁਣ ਆਪਾਂ ਇਹਨੂੰ ਕਮ ਸੇ ਕਮ 4 ਘੰਟੇ 3-4 ਘੰਟੇ ਰੱਖਣਾ ਵਾ ਕਿ ਜਿਹੜੀ ਮਲਾਈ ਆ ਜਿਹੜਾ ਦੁੱਧ ਵਾ ਨਾ ਇਹਨਾਂ ਵਿੱਚ ਪੂਰਾ ਪੂਰਾ ਅਬਜ਼ਰਵ ਹੋ ਜੇ। ਠੀਕ ਆ, ਵੈਸੇ 5 ਘੰਟੇ ਵਿੱਚ ਚਲੋ ਵਾਧਿਆ ਕਿਉਂਕਿ ਸਾਡੇ ਘਰ ਦੇ ਇੱਡੇ ਤਾਂ ਹੈ ਨਹੀਂ ਆ ਵੀ ਵੇਟ ਕਰਦੇ ਰਹਿਣਗੇ, ਉਹਨਾਂ ਨੇ 5 ਮਿੰਟ ਨਹੀਂ ਵੇਟ ਕਰਨਾ ਪਰ ਅਸੀਂ ਇਹਨੂੰ ਦੱਸਣਾ ਨਹੀਂ। ਹੁਣ ਇਹ ਰੱਖਦੇ ਲੱਗੇ ਹਾਂ, ਸਾਨੂੰ ਨਹੀਂ ਪਤਾ ਵੀ ਕਿੰਨਾ ਚਿਰ ਕੱਢਦੇ ਆ, 2 ਘੰਟੇ 1 ਘੰਟਾ 1/2 ਘੰਟਾ। ਹੁਣ ਮੈਨੂੰ ਫਰਿੱਜ 'ਚ ਰੱਖਦੇ ਲੱਗੇ ਹਾਂ ਅਤੇ ਦੈਨ ਆਪਾਂ ਸਾਰਿਆਂ ਨੂੰ ਟੇਸਟ ਕਰਾਵਾਂਗੇ। ਅਤੇ ਫਿਲਹਾਲ ਮੈਂ ਵਿਊ 1 ਅੱਧੇ ਬੰਦੇ ਦੇ ਲੈ ਹੀ ਲਵਾਂ ਪਰ ਹਜੇ ਅਬਜ਼ਰਵ ਹੀ ਨਹੀਂ ਹੋਇਆ ਤਾਂ ਕੋਈ ਫਾਇਦਾ ਤਾਂ ਹੈ ਨਹੀਂ। ਮੈਂ ਲੈ ਲੈਣਾ, ਮੈਂ ਕਰ ਲੈਣਾ ਸਰ, ਉਹਦਾ ਮੇਰੇ ਟੁੱਟੀ ਵੀ ਉਹ ਦੇ ਦਿਓ ਵਿੱਚ। ਉਹ ਦੇ ਦਿਓ ਤੁਹਾਨੂੰ, ਮੈਂ ਤੈਨੂੰ ਹੁਣੇ ਦੱਸਦਾ, ਮੈਂ ਚੈੱਕ ਨਹੀਂ ਕੀਤੀ ਇਹਦਾ ਪਹਿਲਾਂ, ਹੁਣ ਇਹ ਲੱਗਾ ਚੈੱਕ ਕਰਨ। ਚੱਲ ਤੁਸੀਂ ਇੱਕ ਵਾਰੀ ਚੈੱਕ ਕਰਕੇ ਵੇਖ ਲਓ ਵੀ ਕੀ ਹਿਸਾਬ ਕਿਤਾਬ ਆ। ਵੈਸੇ ਇਹ
जल्दी चेक करो, इतना टाइम नहीं है मेरे को प्रभ। हो गया ऑब्जर्व ਹਾਂਜੀ ਤੇ ਰਸ ਮਲਾਈ ਆਪਣੀ ਤਿਆਰ ਹੋ ਗਈ ਆ, ਫਰਿੱਜ ਵਿੱਚ ਰੱਖਦੀ ਆ। ਤੇ ਬੜੇ ਲੋਕ ਕਹਿੰਦੇ ਸੀ ਕਿ ਸਰਵ ਕਰਦੇ ਵੀ ਦਿਖਾਇਆ ਕਰੋ ਵੀ, ਹੈ ਨਾ। ਤੇ ਸਰਵ ਕਰਦੇ ਕਈ ਵਾਰ ਡਿਸ਼ ਨਹੀਂ ਦਿਖਾਈਆਂ ਜਾਂਦੀਆਂ, ਠੀਕ ਆ। ਤੇ ਆ ਵੀ ਨਹੀਂ ਦਿਖਾਈ ਜਾਣੀ ਕਿਉਂਕਿ ਸਾਨੂੰ ਕਮ ਸੇ ਕਮ 3-4 ਘੰਟੇ ਵੇਟ ਕਰਨਾ ਪੈਣਾ ਹੈਗਾ, ਫਿਰ ਜਾ ਕੇ ਠੀਕ ਆ। ਤੇ ਉਦੋਂ 11-12 ਵੱਜ ਜਾਣੇ ਆ, ਤੇ ਹੈ ਨਾ। ਹੁਣ ਅਸੀਂ ਰੋਟੀ ਪਾਣੀ ਖਾਣਾ ਆ, ਲਾਈਟ ਤਿਆਰ ਵੀ ਕਰਨਾ ਆ, ਹੈ ਨਾ। ਇਹਦੇ ਕਰਕੇ ਅਸੀਂ ਲੇਟ ਹੋ ਗਏ ਆ। ਤੇ ਹੁਣ ਸਰਵ ਤੁਹਾਨੂੰ ਕਰਦੇ ਆ, ਅੱਜ ਪ੍ਰਭ ਨੂੰ ਦਿਖਾ ਦਿੱਤਾ, ਪ੍ਰਭ ਨੇ ਤਾਰੀਫ ਕਰ ਦਿੱਤੀ ਆ। ਇਟਸ ਓਕੇ, ਹੈ ਨਾ। ਘਰਦਿਆਂ ਨੂੰ ਮੇਰੀ ਹਰ ਚੀਜ਼ ਬਣਾਈ ਪਸੰਦ ਆ ਹੀ ਜਾਂਦੀ ਆਲਮੋਸਟ। ਤੇ ਅੱਗੇ ਜਿਹੜੀ ਵੀ ਡਿਸ਼ ਤੁਸੀਂ ਚਾਹੁੰਦੇ ਜੇ ਥੱਲੇ ਲੇ ਦਿਓ ਬਣਾ ਕੇ ਦਿਖਾ ਦਾਂਗੇ। ਤੇ ਕਿਸੇ ਨੇ ਕਿਹਾ ਸੀ ਲੇਡੀ ਫਿੰਗਰ, ਉਹਦੇ ਹਰ ਕੀ ਉਹਦੀ ਕੋਈ ਇਹੋ ਜਿਹੀ ਡਿਸ਼ ਜਿਹੜੀ ਨਾਲੇ ਬਣਾਉਣ ਕੇ ਮਜ਼ਾ ਵੀ ਆਵੇ। ਨਾਲੇ ਬਣਾਉਣ ਦਾ ਨਾ ਆਪਣਾ ਆਪਣਾ ਸਾਰਿਆਂ ਦਾ ਅਲੱਗ ਅਲੱਗ ਤਰੀਕਾ ਹੁੰਦਾ, ਬਣ ਉਹੀ ਚੀਜ਼ ਆਉਂਦੀ ਆ, ਬਸ ਤਰੀਕਾ ਅਲੱਗ ਅਲੱਗ ਹੁੰਦਾ। ਕਈ ਕਹਿੰਦੇ ਆ ਕਿ ਹਾਂ ਨਹੀਂ ਇਦਾਂ ਨੀ ਬਣਦੀ, ਇਦਾਂ ਨੀ ਬਣਦੀ। ਇਹ ਤਰੀਕੇ ਆਪੋ ਆਪਣੀ, ਜਿੱਦਾਂ ਚੀਜ਼ ਉਹੀ ਬਣਨੀ ਹੁੰਦੀ ਆ। ਆ ਮੈਂ ਰਸ ਮਲਾਈ ਬਣਾਈ ਨਾ ਇਹ ਤਰੀਕੇ ਨਾਲ ਬਣਾਗੇ, ਤਾਂ ਤੁਹਾਨੂੰ ਰਿਜ਼ਲਟ ਵਧੀਆ ਵਧੀਆ ਮਿਲੂਗਾ, ਕਿਉਂਕਿ ਸਾਨੂੰ ਬਹੁਤ ਵਧੀਆ ਪਤਾ ਕੀ ਹੁੰਦਾ। ਮਾਸਾ ਵੀ ਉਹ ਜਿਹੜਾ ਰਸਗੁੱਲਾ ਜਿਹਾ ਟੁੱਟਾ ਨਹੀਂ, ਕੁਛ ਨਹੀਂ ਹੋਇਆ। ਇਹੀ ਗੱਲ ਹੁੰਦੀ ਕਈਆਂ ਦੇ ਟੁੱਟ ਜਾਂਦੇ ਤਾਂ ਉਹਦੀ ਪ੍ਰੋਬਲਮ ਆਉਂਦੀ, ਪਰ ਮੈਨੂੰ ਮਾਸਾ ਵੀ ਨਹੀਂ ਟੁੱਟਾ। ਤੇ ਇਹ ਜ਼ਰੂਰ ਟਰਾਈ ਕਰਕੇ ਵੇਖੋ, ਬਹੁਤ ਵਧੀਆ ਬਣਦਾ। ਤਰੀਕੇ ਦੀ ਗੱਲ ਮੈਂ ਕਰਨ ਲੱਗਾ ਸੀ, ਤਰੀਕਾ ਜਿਹੜਾ ਮਰਜ਼ੀ ਬਣਾ ਲਓ, ਬਣਨੀ ਉਹੀ ਚੀਜ਼ ਹੁੰਦੀ। ਸਿੱਧੀ ਗੱਲ ਮੈਂ ਐਗਜ਼ਾਮਪਲ ਦੇ ਦਾਂ, ਕਰਨ ਜੇ ਕਰਨ ਫੜਨਾ ਵਾ ਚਾਹੇ ਤੇ ਇਧਰੋਂ ਫੜ ਲਓ ਤੇ ਚਾਹੇ ਆ ਬਾਂਹ ਘੁਮਾ ਕੇ ਫੜ ਲਓ, ਫੜਿਆ ਕਰ ਨਹੀਂ ਜਾਣਾ। ਠੀਕ ਆ, ਉਹ ਹਿਸਾਬ ਆ ਕਿ ਤਰੀਕੇ ਤੁਹਾਡੇ ਆਪੋ ਆਪਣੇ ਨੇ ਬਣਨੀ ਹੋਈ। ਜਿਹਨੂੰ ਵਧੀਆ ਲੱਗਾ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ, ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਤੇ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਸ਼ੱਕਰਪਾਲਾ, ਤੇ ਬਾਕੀ ਚਲੋ ਬਣਾ ਕੇ ਜ਼ਰੂਰ ਦੇਖਿਓ ਜਿੱਦਾਂ ਦਾ ਨੋਂਦੀ ਆ, ਜਿਹੜੇ ਸਟਾਈਲ ਨਾਲ ਵੀ ਬਣਾਉਂਦੇ ਹੋ ਸਾਰੇ ਬਣਾ ਕੇ, ਪਰ ਜ਼ਰੂਰ ਦੇਖਿਓ ਪਰ ਆਹ ਵਾਲਾ ਰਸ ਮਲਾਈ ਵਾਲਾ ਸਟਾਈਲ ਜ਼ਰੂਰ ਚੂਜ਼ ਕਰਕੇ ਦੇਖੋ, ਤੁਹਾਨੂੰ ਰਿਜ਼ਲਟ ਮੇਰੇ ਖਿਆਲ ਨਾਲ ਵਧੀਆ ਮਿਲੂਗਾ, ਕਿਉਂਕਿ ਮੈਨੂੰ ਤੇ ਹਨਾ ਵਧੀਆ ਲੱਗਾ। ਵਧੀਆ ਨਹੀਂ, ਮੈਨੂੰ ਬਹੁਤ ਸਵਾਦ ਲੱਗੀ, ਮੈਂ ਸਹੀ ਕਹਿਣਾ ਕਿ ਬਹੁਤ ਸਵਾਦ ਬਣੀ ਆ, ਮਿਹਨਤ ਕੀਤੀ ਆ ਪਰ ਸਵਾਦ ਬਣੀ ਆ। ਇਹ ਸਾਨੂੰ ਕਮ ਸੇ ਕਮ ਆਈ ਥਿੰਕ ਇਹਦਾ ਪ੍ਰੋਸੈਸ ਹੁੰਦਾ, ਹੁਣ ਤੁਹਾਨੂੰ ਤੇ ਪੂਰਾ ਨਹੀਂ ਵਿਖਾਉਣਾ ਹੁੰਦਾ ਹਨਾ, ਤੁਹਾਨੂੰ ਇਹਦੇ ਮੇਨ ਮੇਨ ਚੀਜ਼ਾਂ ਵਿਖਾਈਆਂ ਕਿ ਤੁਹਾਨੂੰ ਪਤਾ ਲੱਗ ਜੇ ਟਾਈਮ ਤੁਹਾਨੂੰ ਦੱਸ ਦਿੰਦੀ ਮੈਂ। ਇਹ ਸਾਨੂੰ ਘੰਟਾ ਡੇਢ ਘੰਟਾ ਲੱਗ ਗਿਆ, ਉਹ ਤੋਂ ਮੇਰੇ ਖਿਆਲ ਜ਼ਿਆਦਾ ਟਾਈਮ ਲੱਗ ਗਿਆ ਸਾਨੂੰ ਬਣਾਉਂਦੇ ਬਣਾਉਂਦੇ, ਕਿਉਂਕਿ ਹਜੇ ਇਕੱਲਾ ਇਹ ਨਹੀਂ ਕਰਨਾ ਹੁੰਦਾ, ਫਿਰ ਵੱਟਣਾ ਸਾਰਾ ਕੁਝ ਕਰਨਾ, ਇੱਦਾਂ ਬੜਾ ਟਾਈਮ ਲੱਗ ਜਾਂਦਾ ਹੈ। ਤੇ ਤਾਂ ਕਰਕੇ ਤੇ ਬਾਕੀ ਮਿਲਦੇ ਆ ਸਾਰਿਆਂ ਨੂੰ, ਤੇ ਨੈਕਸਟ ਵਲੌਗ ਦੇ ਵਿੱਚ ਕੱਲ ਹੀ ਚੱਲਾਂ ਮੈਂ ਆਪਣੇ ਸਹੁਰੇ, ਤੇ ਮੇਰੇ ਚੈਨਲ ਤੇ ਵਲੌਗ ਵੇਖਿਓ। ਗੱਲ ਅਸੀਂ ਕਾਫੀ ਟਾਈਮ ਬਾਅਦ ਚੱਲੇ ਹੁੰਦੇ ਹਨਾ, ਬੜਾ ਟਾਈਮ ਹੋਇਆ ਉਹਨੂੰ ਗਏ ਨੂੰ, ਤੇ ਬਿਜ਼ੀ ਥੋੜਾ ਕੰਮਾਂ ਕਰਾਂ ਜੀ, ਚਲੋ ਇੱਦਾਂ ਟਾਈਮ ਨਿਕਲ ਗਿਆ, ਟਾਈਮ ਕੱਲ ਫਿਰ ਜਾਂਦੇ ਹਾਂ। ਤੇ ਵਲੌਗ ਜ਼ਰੂਰ ਵੇਖਿਓ, ਸੋ ਬਾਕੀ ਆਹ ਵਲੌਗ ਵਧੀਆ ਲੱਗਾ ਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ, ਤੇ ਵੱਧ ਤੋਂ ਵੱਧ ਸ਼ੇਅਰ ਕਰਿਓ, ਜ਼ਰੂਰ ਦੱਸਿਓ ਵਲੌਗ ਚ। ਤੇ ਬਾਕੀ ਮਿਲਦੇ ਹਾਂ ਫਿਰ ਅਗਲੇ ਵਲੌਗ ਚ, ਸਾਰਿਆਂ ਨੂੰ ਟਾਟਾ ਬਾਏ, ਲਵ ਯੂ।